नाल तजवी जाने होने लग दे छड़ कागज कलम दवाता शान गमान लिबास न विक दे ते ना रब पुछदाई जाता साढ़े त्रै मन देही दा की तोना एक तोले टुकड़ा दिल दा देही तोते किश लब्बे नाही दिल तोतिया रब मिलदा दिल तोतिया रब मिलदा ओ सारे संसार दे परत पालका बेनती है तेरे अगे हो मालका बेनती है तेरे अगे हो मालका हाथ जोड़ खड़े तेरे दरबार ते मेरे रखी दाता सारे संसार ते मेरे रखी दाता सारे संसार ते सारे संसार दे परत पालका बेनती है तेरे अगे हो मालका बेनती मैं मेरी तेरे अगे मालका हाथ जोड़ खड़े तेरे दरबार ते मेरे रखी दाता सारे संसार ते मेरे रखी दाता सारे संसार ते मापिया नू देव पुत्रां दी दात जी जिदे तोल होर कोई ना सुगात जी जिदे तोल होर कोई ना सुगात जी पुत सदा मापिया दा सीना ठार दे मेरे रखी दाता सारे संसार ते मेरे रखी दाता सारे संसार ते कुख विच धी वी ना कोई मरे जी दाज ते दहेज दी ना बली चढ़े जी दाज ते दहेज दी ना बली चढ़े जी गंगन ना नाग लोभ हंकार दे मेरे रखी दाता सारे संसार ते मेरे रखी दाता सारे संसार ते भाईचारा वे सारे ही जहान ते झगड़ा ना होवे गीता ते कुरान ते झगड़ा ना होवे गीता ते कुरान ते धर्मा च होन रिश्ते प्यार दे मेरे रखी दाता सारे संसार ते धर्मा च होन रिश्ते प्यार दे मेरे रखी दाता सारे संसार ते मेरे रखी दाता सारे संसार ते भुखा सोवे जी खेतों विच दाता हरियाली होवे जी कोई भी ना जी कदे भुखा सोवे जी कोई भी ना जी कदे भुखा सोवे जी भुखना ना कदे अन्न दे भंडार दे मेरे रखी दाता सारे संसार ते मेरे रखी दाता सारे संसार ते नशियां च मापिया दा पुत रुले ना बेदोशियां दा बिना गलो खून डुले ना बेदोशियां दा बिना गलो खून डुले ना सपना नू चाड़ खुशी देख मार दे मेरे रखी दाता सारे संसार ते मेरे रखी दाता सारे संसार ते बजुर्गां दी होवे सांभ ते संभाल जी मापिया दी आज्ञाकारी होण बाल जी मापियां दी आज्ञाकारी होण बाल जी फट दे ओ रोग दुखी ते बीमार दे मेरे रखी दाता सारे संसार ते मेरे रखी दाता सारे संसार ते हर घरों बाणी दा आवाजा आवे जी हर एक साथ तेरा जस गावे जी हर एक साथ तेरा जस गावे जी ओ तपे होए हिरदे तू दा टठार दे मेरे रखी दाता सारे संसार ते तब
ਆਪੇ ਹੋਏ ਹਿਰਦੇ ਨੂੰ ਦਾਤਾ ਠਾਰ ਦੇ ਮੇਰੇ ਰੱਖੀ ਦਾਤਾ ਸਾਰੇ ਸੰਸਾਰ ਤੇ ਮੇਰੇ ਰੱਖੀ ਦਾਤਾ ਸਾਰੇ ਸੰਸਾਰ ਤੇ ਇਹ ਲੱਗੀ ਹੋਈ ਡਿਊਟੀ ਮਾਨ ਲਾਨ ਬਾਈਏ ਜੀ ਸੰਗਤਾਂ ਦੇ ਵਿੱਚ ਤੇਰਾ ਜਸ ਗਾਈਏ ਜੀ ਸੰਗਤਾਂ ਦੇ ਵਿੱਚ ਤੇਰਾ ਜਸ ਗਾਈਏ ਜੀ ਓ ਮਹਿਮੇ ਤਾਈ ਦਾਤਾ ਕਾਵ ਦੇ ਭੰਡਾਰ ਦੇ ਮੇਰੇ ਰੱਖੀ ਦਾਤਾ ਸਾਰੇ ਸੰਸਾਰ ਤੇ ਮੇਰੇ ਰੱਖੀ ਦਾਤਾ ਸਾਰੇ ਸੰਸਾਰ ਤੇ ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਦਾ ਬਣਾਇਆ ਹੋਇਆ ਨਾਰਾ ਬੁਲੰਦ ਕਰੋ ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਫਾਈਨ ਟੱਚ ਕੰਪਨੀ ਵੱਲੋਂ ਰਿਕਾਰਡ ਕਰਕੇ ਆਪ ਸੰਗਤ ਦੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਕਵੀਸ਼ਰ ਭਾਈ ਸੰਦੀਪ ਸਿੰਘ ਮਹਿਮਾ ਦਾ ਜਥਾ ਆਪ ਸੰਗਤ ਦੀ ਸੇਵਾ ਦੇ ਵਿੱਚ ਸੇਵਾ ਨਿਭਾ ਰਿਹਾ ਹੈ ਅੱਜ ਦੇ ਦੀਵਾਨ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਪਰ ਉਪਕਾਰ ਦਾ ਸਾਕਾ ਆਪ ਸੰਗਤ ਦੇ ਨਾਲ ਸਾਂਝਾ ਕਰਨ ਲੱਗੇ ਹਾਂ ਮਨ ਬਿਰਤੀਆਂ ਲੈ ਕਰਕੇ ਚੱਲੋ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦਾ ਦੀਵਾਨ ਸੱਜਿਆ ਹੋਇਆ ਹੈ ਉਹ ਪਸ਼ਮੀਨੇ ਦੀ ਚਾਨਣੀ ਝਿਲਮਲ ਝਿਲਮਲ ਕਰਦੀ ਸੋਭਾ ਪਾ ਰਹੀ ਹੈ ਉਹ ਪ੍ਰਸ਼ਾਦੀ ਹਾਥੀ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਚਲਾ ਰਿਹਾ ਹੈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦਾ ਦਰਬਾਰ ਸੱਜਿਆ ਦੂਰ ਨੇੜੇ ਤੋਂ ਚੱਲ ਕੇ ਗੁਰੂ ਕੀ ਸੰਗਤ ਦਰਸ਼ਨ ਦੀਦਾਰ ਕਰਨ ਵਾਸਤੇ ਆ ਰਹੀ ਹੈ ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ ਹੈ ਅਨੰਦਪੁਰ ਆਨੰਦਾਂ ਦੀ ਪੁਰੀ ਦੀ ਧਰਤੀ ਦੇ ਉੱਤੇ ਸੱਚਮੁੱਚ ਆਨੰਦਾਂ ਦੀ ਬਾਰਿਸ਼ ਹੋ ਰਹੀ ਹੈ ਇੰਨੇ ਨੂੰ ਇੱਕ ਰੋਂਦਾ ਕੁਰਲਾਉਂਦਾ ਹੋਇਆ ਨੌਜਵਾਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਆਉਣ ਕਰਕੇ ਪਹੁੰਚਿਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਹਨੂੰ ਪੁੱਛਦੇ ਨੇ ਇਹ ਗੁਰੂ ਨਾਨਕ ਮਹਾਰਾਜ ਦਾ ਘਰ ਹੈ ਇੱਥੇ ਤਾਂ ਸਦਾ ਆਨੰਦ ਇੱਥੇ ਸਦਾ ਖੁਸ਼ੀਆਂ ਅਤੇ ਖੇੜੇ ਵਰਤਦੇ ਨੇ ਇਹਨੂੰ ਤਾਂ ਆਨੰਦਾਂ ਦੀ ਪੂਰੀ ਆਖਿਆ ਜਾਂਦਾ ਤੂੰ ਇੱਥੇ ਆ ਕੇ ਵੀ ਰੋਹ ਕਰਲਾ ਰਿਹਾ ਹੈ ਜ਼ਰੂਰ ਤੇਰੇ ਨਾਲ ਕੋਈ ਵੱਡਾ ਦੁੱਖਾਂ ਦਾ ਪਹਾੜ ਵਾਪਰਿਆ ਹੋਵੇਗਾ ਤੇਰੇ ਉੱਤੇ ਕੋਈ ਵੱਡਾ ਭਾਣਾ ਵਾਪਰਿਆ ਹੋਵੇਗਾ ਤੂੰ ਹੈ ਕੌਣ ਕੀ ਤੇਰੇ ਨਾਲ ਵਾਪਰੀ ਹੈ ਇਹ ਜਰਾ ਖੋਲ੍ਹ ਕੇ ਦੱਸ ਇਸ ਨੌਜਵਾਨ ਨੇ ਰੋ ਰੋ ਕੇ ਆਖਿਆ ਸਤਿਗੁਰੂ ਜੀ ਮੇਰਾ ਨਾਮ ਦੇਵੀ ਦਾਸ ਪੰਡਿਤ ਹੈ ਮੈਂ ਜੈਜੋ ਨਗਰ ਦੇ ਰਹਿਣ ਵਾਲਾ ਹਾਂ ਮੇਰੀ ਦੁੱਖਾਂ ਦੀ ਕਹਾਣੀ ਇਹ ਹੈ ਕਿ ਮੈਂ ਬੜੇ ਚਾਵਾਂ ਦੇ ਨਾਲ ਵਿਆਹ ਕਰਵਾ ਕੇ ਆਪਣੀ ਨਵੀਂ ਵਿਆਹੀ ਹੋਈ ਬਹੂ ਨੂੰ ਡੋਲੀ ਵਿੱਚ ਬਿਠਾ ਕੇ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ ਰਸਤੇ ਦੇ ਵਿੱਚ ਬੱਸੀਆਂ ਪਠਾਣਾ ਵਾਲਾ ਹਾਕਮ ਜਾਬਰ ਖਾਨ ਕਹਿਰ ਬਣ ਕੇ ਸਾਡੇ ਸਾਹਮਣੇ ਆਇਆ ਉਹ ਮੇਰੀ ਪੰਡਤਾਣੀ ਨੂੰ ਧੱਕੋ ਜੋਰੀ ਖੋਹ ਕੇ ਲੈ ਗਿਆ ਹੈ ਮੇਰੀ ਗਰੀਬ ਦੀ ਪੁਕਾਰ ਕਿਸੇ ਨੇ ਨਹੀਂ ਸੁਣੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚ ਕਰਕੇ ਇਹ ਦੇਵੀ ਦਾਸ ਪੰਡਿਤ ਰੋ ਰੋ ਕੇ ਜਿਵੇਂ ਆਪਣੀ ਦਰਦਾਂ ਭਰੀ ਕਹਾਣੀ ਦੱਸ ਰਿਹਾ ਉਸ ਵੇਲੇ ਦੀਆਂ ਲਾਈਨਾਂ ਕਵੀਸ਼ਰ ਜਥਾ ਆਪ ਸੰਗਤ ਦੀ ਸੇਵਾ ਵਿੱਚ ਇਉਂ ਬਿਨੇ ਕਰ ਰਿਹਾ ਹੈ ਜੀ ਓ ਦਸਵੇਂ ਸਤਿਗੁਰ ਕਲਗੀਧਰ ਜੀ ਬੈਠੇ ਤਖਤ ਸਜਾ ਕੇ ਜੀ ਲੱਗਾ ਕਰਨ ਬੇਨਤੀ ਪੰਡਿਤ ਗਲ ਵਿੱਚ ਪੱਲਾ ਪਾ ਕੇ ਜੀ ਓ ਸੱਚੇ ਸਤਿਗੁਰ ਦਸਮ ਪਿਤਾ ਜੀ ਸੁਣਿਓ ਮੇਰੀ ਕਹਾਣੀ ਨੂੰ ਜਾਬਰ ਲੈ ਗਿਆ ਧੱਕੋ ਜੋਰੀ ਖੋ ਮੇਰੀ ਪੰਡਤਾਣੀ ਨੂੰ ਓ ਦਸਵੇਂ ਸਤਿਗੁਰ ਕਲਗੀਧਰ ਜੀ ਬੈਠੇ ਤਖਤ ਸਜਾ ਕੇ ਜੀ ਲੱਗਾ ਕਰਨ ਬੇਨਤੀ ਪੰਡਿਤ ਗਲ ਵਿੱਚ ਪੱਲਾ ਪਾ ਕੇ ਜੀ ਓ ਸੱਚੇ ਸਤਿਗੁਰ ਦਸਮ ਪਿਤਾ ਜੀ ਸੁਣਿਓ ਮੇਰੀ ਕਹਾਣੀ ਨੂੰ ਜਾਬਰ ਲੈ ਗਿਆ ਧੱਕੋ ਜੋਰੀ ਖੋ ਮੇਰੀ ਪੰਡਤਾਣੀ ਨੂੰ ਇਹ ਦੇਵੀ ਦਾਸ ਨਾ ਮੇਰਾ ਹੈ ਜੈਜੋ ਨਗਰੋਂ ਆਇਆ ਮੈਂ ਅਤਿਆਚਾਰੀ ਖਾਨਾ ਦੇ ਜੀ ਜ਼ੁਲਮਾਂ ਦਾ ਸਤਾਇਆ ਮੈਂ ਰੋਕ ਨਹੀਂ ਹੁੰਦਾ ਮੇਰੇ ਕੋਲੋਂ ਨੈਣੋਂ ਵਹਿੰਦੇ ਪਾਣੀ ਨੂੰ ਜਾਬਰ ਲੈ ਗਿਆ ਧੱਕੋ ਜੋਰੀ ਖੋ ਮੇਰੀ ਪੰਡਤਾਣੀ ਨੂੰ ਇਹ ਸੱਜ ਵਿਆਹੀ ਨਾਰ ਨੂੰ ਲੈ ਕੇ ਆ ਰਿਹਾ ਸੀ ਨਾਲ ਚਾਵਾਂ ਮੈਂ ਸ਼ਿਗਰਦ ਪੈਰੇ ਲੁੱਟਿਆ ਗਿਆ ਜੀ ਵਿੱਚ ਸੁਣਿਆ ਰਾਵਾਂ ਮੈਂ ਸਮਝ ਨਾ ਆਵੇ ਕਿੰਜ ਸੁਲਝਾਵਾਂ ਉਲਝੀ ਹੋਈ ਤਾਣੀ ਨੂੰ ਸਮਝ ਨਾ ਆਵੇ ਕਿੰਜ ਸੁਲਝਾਵਾਂ ਉਲਝੀ ਹੋਈ ਤਾਣੀ ਨੂੰ ਜਾਬਰ ਲੈ ਗਿਆ ਧੱਕੋ ਜੋਰੀ ਖੋ ਮੇਰੀ ਪੰਡਤਾਣੀ ਨੂੰ ਇਹ ਨਾਲ ਬਰਾਤੀ ਪਾਈ ਬੰਦੂ ਬਾਣ ਮੂਰਤਾਂ ਬਹਿ ਗਏ ਜੀ
सबना सावे खानी असांदी चुक इज्जत नू लै गै जी रोक सके ना सारे रल के जालम दी उस टाणी नू जाबर ले गया तको जोरी खो मेरी पंडताणी नू शेरा वांगर खान कूर दे शेरा वांगर खान कूर दे दल पेड़ां दे डर गए सी सहम गए सी वेख उन्हां नू बिन लड़े ही हर गए सी हाल पुछिया किसे ना उथे जी हाल पुछिया किसे ना उथे हाणी दा बिरहाणी नू याबर ले गया तको जोरी खो मेरी पंडताणी नू ओए अत चुकी है जाबर खान नहीं किसे तो डरदा ओ पर जाय उते जुल्म कमाउंदा मन मर्जी है करदा ओ धीआं दी ओ पट लुटदा चुकल जावे सुहाणी नू याबर ले गया तको जोरी खो मेरी पंडताणी नू ओ गुरु नानक दे कर दे बाजो और न कोई द्वारा जी बेसहारा नू है देंदा जेड़ा दर सहारा जी ओ मैं दसना की बोता दाता मैं दसना की बोता दाता तैनू दिल दे जानी नू जाबर ले गया तको जोरी खो मेरी पंडताणी नू ए शरण आए दी लाज रख लो मेरे ते उपकार करो तब दे होए दिल मेरे नू दाता ठंडा ठार करो ओ संगता दे विच गावे महिमा संगता दे विच गावे महिमा तेरी सिमत महानी नू जाबर ले गया तको जोरी खो मेरी पंडताणी नू जी खो मेरी पंडताणी नू गुरु कलगीधर पातशाह महाराज जी दे सामने देवीदास पंडित ने रो रो के अपनी दर्दां भरी कहानी दसी के जाबर खान हाकम धक्के नाल मेरी नार नू खो के अपने महलां दे विच लै गया मेरी सरकारे दरबारे किसे ने फरियाद नहीं सुनी मैनू दस्या सी किसे ने के जेदी फरियाद किते ना सुनी जावे ओदी फरियाद गुरु नानक दे घर विच सुनी जांदी है सतगुरु हुण ते केवल आप जी दे घर दा ही आसरा गुरु कलगीधर पातशाह महाराज कहण लगे देवीदास पंडित नू पंडित जी तुसा ने ठीक सुनिया है ए गुरु नानक महाराज दा घर है इत्थों ते सदा आवाज आउंदी है जो शरण आवे तिस कंठ लावे एहो बिरद स्वामी संदा सानू ते साडे सतगुरां दा फरमान है जे जीवे पत लथी जाए सब हराम जेता किछ खाए पत लहा के जीण दे नालो अणख दी मौत मर जाना ए सौ दर्जे चंगा है पंडित जी हुण तुसी कोई फिक्र ना करो तुसी गुरु नानक महाराज दे घर दा ओट आसरा लै करके पहुंचे हो गुरु नानक महाराज हुण भली करेगा जाओ गुरु के लंगर दे विचों पहला जल पानी छको फिर ताडे दुखां दा इलाज करन वास्ते गुरु नानक दे पातशाह महाराज किसे दी ड्यूटी ला देणगे जिवें गुरु कलगीधर पातशाह महाराज शरण आए इस दखियारे पंडित देवीदास नू धीरज दे करके समझा रहे ने जिवें शरण आए नू गुरु कलगीधर पातशाह महाराज जी धरवासा दे रहे ने उस वेले दीआं लाइनां कविशर जथा आप संगत दी सेवा दे विच इउं बयान कर रहा है जी दसवें सतगुर कलगीधर जी देवीदास नू कहिंदे रख हौसला दिल दे अंदर नीर क्यों नैणो वेंदे ओ इक वारी जो चल के आउंदा इत्थे तक सहारा शरण आए नू गल नाल लाउंदा गुरु नानक दा द्वारा दसवें सतगुर कलगीधर जी देवीदास नू कहिंदे रख हौसला दिल दे अंदर नीर क्यों नैणो वेंदे ओ इक वारी जो चल के आउंदा इत्थे तक सहारा शरण आए नू गल नाल लाउंदा गुरु नानक दा द्वारा ए धक्का नाल गरीबां करदे नथ उन्हां नू पौणी करदी जुल्म जाबर शाही जुल्मो ऐसा हटाउनी ओ ऐसे कारज दे ली साजा
ਖਾਲਸਾ ਪੰਥ ਨਿਆਰਾ ਸ਼ਰਨ ਆਏ ਨੂੰ ਗਲ ਨਾਲ ਲਾਉਂਦਾ ਗੁਰੂ ਨਾਨਕ ਦਾ ਦੁਆਰਾ ਉਹ ਹੁੰਦਾ ਪਾਪ ਜ਼ੁਲਮ ਜੇ ਕਰਨਾ ਪਾਪ ਜ਼ੁਲਮ ਵੀ ਸਹਿਣਾ ਰਾਖੀ ਖੁਦ ਦੀ ਕਰਨੇ ਬਦਲੇ ਸਸਤਰ ਚੁੱਕਣਾ ਪੈਣਾ ਉਹ ਲੋਹੇ ਨੂੰ ਲੋਹੇ ਨੇ ਕੱਟਣਾ ਸਮਝੋ ਜਰਾ ਇਸ਼ਾਰਾ ਸ਼ਰਨ ਆਏ ਨੂੰ ਗਲ ਨਾਲ ਲਾਉਂਦਾ ਗੁਰੂ ਨਾਨਕ ਦਾ ਦੁਆਰਾ ਜੇ ਜੀਵੇ ਪਤ ਲੱਥੀ ਜਾਏ ਤ੍ਰਿਗ ਹੈ ਐਸਾ ਜੀਣਾ ਕਦ ਤੱਕ ਸਹਿ ਕੇ ਜ਼ੁਲਮਾਂ ਤਾਈ ਘੁੱਟ ਸਬਰ ਦਾ ਪੀਣਾ ਉਹ ਗੁਰ ਦੇ ਵਿੱਚੋਂ ਪਾਣੀ ਦਾ ਹੁਣ ਕਰਨਾ ਪਊ ਨਿਤਾਰਾ ਸ਼ਰਨ ਆਏ ਨੂੰ ਗਲ ਨਾਲ ਲਾਉਂਦਾ ਗੁਰੂ ਨਾਨਕ ਦਾ ਦੁਆਰਾ ਤੇਰੇ ਘਰ ਦੀ ਇੱਜ਼ਤ ਨੂੰ ਹੈ ਸਹੀ ਸਲਾਮਤ ਲਿਆਉਣਾ ਫਿਕਰ ਕਰੀ ਨਾ ਐਵੇਂ ਪੁੱਤਰਾ ਵਾਦਾ ਅਸੀਂ ਨਿਭਾਉਣਾ ਉਹ ਗਊ ਗਰੀਬ ਦੀ ਰਾਖੀ ਕਰਨੀ ਇਹੋ ਸਾਡਾ ਨਾਰਾ ਸ਼ਰਨ ਆਏ ਨੂੰ ਗਲ ਨਾਲ ਲਾਉਂਦਾ ਗੁਰੂ ਨਾਨਕ ਦਾ ਦੁਆਰਾ ਇਹ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਜਿਹੜਾ ਵੀ ਪਾਵੇ ਐਸੀ ਮੌਤ ਉਹਨਾਂ ਨੂੰ ਦੇਣੀ ਤੱਕ ਜ਼ਾਲਮ ਘਬਰਾਵੇ ਉਹ ਰਹਿਣ ਨੀ ਦੇਣਾ ਜਿਉਂਦਾ ਜੱਗ ਤੇ ਜਾਬਰ ਖਾਂ ਹਥਿਆਰਾ ਸ਼ਰਨ ਆਏ ਨੂੰ ਗਲ ਨਾਲ ਲਾਉਂਦਾ ਗੁਰੂ ਨਾਨਕ ਦਾ ਦੁਆਰਾ ਸਤਿਗੁਰੂ ਨਾਨਕ ਜੀ ਨੇ ਤੇਰੀ ਸਤਿਗੁਰ ਨਾਨਕ ਜੀ ਨੇ ਤੇਰੀ ਸੁਣ ਲਈ ਹੈ ਅਰਦਾਸ ਰੱਖ ਭਰੋਸਾ ਮਨ ਵਿੱਚ ਪੱਕਾ ਪੂਰੀ ਹੋ ਜੂ ਆਸ ਉਹ ਖੁਸ਼ੀਆਂ ਖੇੜਿਆਂ ਦੇ ਵਿੱਚ ਕਰਨਾ ਜੀਵਨ ਤੁਸਾਂ ਗੁਜ਼ਾਰਾ ਸ਼ਰਨ ਆਏ ਨੂੰ ਗਲ ਨਾਲ ਲਾਉਂਦਾ ਗੁਰੂ ਨਾਨਕ ਦਾ ਦੁਆਰਾ ਇਹ ਜਲ ਪਾਣੀ ਤੂੰ ਛਕ ਕੇ ਪੁੱਤਰਾ ਕਰ ਲੈ ਹੁਣ ਆਰਾਮ ਕਾਰਜ ਸਫਲਾ ਹੋਣਾ ਤੇਰਾ ਜਦ ਤੱਕ ਢਲਣੀ ਸ਼ਾਮ ਉਹ ਮਹਿਮੇ ਦੇ ਸੰਦੀਪ ਸਿੰਘ ਨੇ ਮਹਿਮੇ ਦੇ ਸੰਦੀਪ ਸਿੰਘ ਨੇ ਹਾਰ ਲਿਖਣਾ ਸਾਰਾ ਸ਼ਰਨ ਆਏ ਨੂੰ ਗਲ ਨਾਲ ਲਾਉਂਦਾ ਗੁਰੂ ਨਾਨਕ ਦਾ ਦੁਆਰਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇਵੀਦਾਸ ਪੰਡਿਤ ਨੂੰ ਹੌਸਲਾ ਦੇ ਕੇ ਕਹਿੰਦੇ ਨੇ ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਤੇਰੇ ਦਰਦਾਂ ਦਾ ਇਲਾਜ ਕਰਨਗੇ ਹੁਣ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ ਜਾ ਕੇ ਪਹਿਲਾਂ ਲੰਗਰ ਵਿੱਚੋਂ ਜਲ ਪਾਣੀ ਛਕ ਲੈ ਇੱਧਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਾਬਾ ਜੀਵਨ ਸਿੰਘ ਸਾਹਿਬ ਨੂੰ ਹੁਕਮ ਲਾਉਂਦੇ ਨੇ ਕਹਿੰਦੇ ਬਾਬਾ ਜੀ ਸਾਡੇ ਵੱਡੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਬੁਲਾ ਕੇ ਸਾਡੇ ਕੋਲ ਲਿਆਂਦਾ ਜਾਵੇ ਬਾਬਾ ਜੀਵਨ ਸਿੰਘ ਸਾਹਿਬ ਉਸੇ ਵੇਲੇ ਗਏ ਨੇ ਬਾਬਾ ਅਜੀਤ ਸਿੰਘ ਸਾਹਿਬ ਨੂੰ ਬੁਲਾ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਸਨਮੁਖ ਲਿਆਂਦਾ ਗਿਆ ਸਾਹਿਬਜ਼ਾਦਾ ਅਜੀਤ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਸਨਮੁਖ ਪਹੁੰਚੇ ਨੇ ਗਲ ਵਿੱਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਆਖਿਆ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣ ਲੱਗੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਕਹਿੰਦੇ ਧੰਨ ਭਾਗ ਤੁਸਾਂ ਦਾਸਰੇ ਨੂੰ ਯਾਦ ਫਰਮਾਇਆ ਹੈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਅਜੀਤ ਸਿੰਘਾ ਗੁਰੂ ਨਾਨਕ ਮਹਾਰਾਜ ਦੇ ਘਰ ਵਿੱਚੋਂ ਤੇਰੀ ਇੱਕ ਸੇਵਾ ਦੀ ਡਿਊਟੀ ਲਾਉਣੀ ਹੈ ਜੇ ਉਹ ਤੇਰੀ ਸੇਵਾ ਦੀ ਡਿਊਟੀ ਲਗਾ ਦਈਏ ਤੂੰ ਉਹ ਸੇਵਾ ਨੂੰ ਨਿਭਾ ਦੇਵੇਂਗਾ ਸਾਹਿਬਜ਼ਾਦਾ ਅਜੀਤ ਸਿੰਘ ਨੇ ਨਾਂ ਵਿੱਚ ਸਿਰ ਫੇਰਿਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਅਜੀਤ ਸਿੰਘਾ ਨਾਂ ਵਿੱਚ ਸਿਰ ਹਿਲਾ ਰਿਹਾ ਹੈ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਦੇ ਘਰ ਦੀ ਤੇ ਸਿੱਖਿਆ ਹੈ ਜਬ ਹਮ ਹੋਤੇ ਤਬ ਤੂੰ ਨਾਹੀਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਘਰ ਦੀ ਸਿੱਖਿਆ ਹੈ ਕਬੀਰ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਸਤਿਗੁਰੂ ਜੀ ਇਸ ਘਰ ਦੇ ਵਿੱਚ ਮੈਂ ਦੀ ਤੇ ਕੋਈ ਥਾਂ ਨਹੀਂ ਹੈ ਇੱਥੇ ਤੇ ਹਰ ਹੱਟ ਪੀ ਤੂੰ ਤੂੰ ਕਰੇ ਦੀ ਆਵਾਜ਼ ਆਉਂਦੀ ਹੈ ਫਿਰ ਸਤਿਗੁਰੂ ਮੈਂ ਕਿਵੇਂ ਇਹ ਗੱਲ ਆਖ ਸਕਦਾ ਕਿ ਮੈਂ ਇਹ ਸੇਵਾ ਨਿਭਾ ਸਕਦਾ ਪਰ ਸਤਿਗੁਰੂ ਜੇ ਆਪ ਕਿਰਪਾ ਕਰੋ ਆਪ ਜੀ ਰੱਖੋ ਸਿਰ ਤੇ ਹੱਥ ਫਿਰ ਚਾਹੋ ਕੀੜੀਆਂ ਦੇ ਪਾਸੋਂ ਹਾਥੀਆਂ ਦਾ ਮੁਕਾਬਲਾ ਕਰਾ ਦਿਓ
गुरु कलगीधर पातशाह महाराज कहिंदे अजीत सिंघा गुरु नानक महाराज आप तेरे अंग संग सहाई होणगे। एक सेवा तेरे कोलों गुरु नानक महाराज दे घर दी ड्यूटी लगा करके लैनी है। साहबजादा अजीत सिंह साहब ने आख्या सतगुरु आप कृपा रहमत करो। गुरु कलगीधर पातशाह महाराज कहन लगे अजीत सिंघा आ तेरा एक दखियारा वीर देवी दास पंडित गुरु नानक महाराज दे घर दी ओट तक के आया है। इहदी पंडताणी बसियां पठाणा वाला हाकम जाबर खान धक्के नाल खो के अपने महलां विच लै गया ते सानू खबर मिली है कि उहदी कैद विच होर भी धीआं ने। ऐसे पापी नू सोधना बड़ा जरूरी है। अजीत सिंघा तेरी सेवा गुरु नानक दे घर विचों ए लाउणी है। तू जाना है बसियां पठाणा ते चढ़ के ते जाबर खान नू जिउंदा बन के साडे पेश करना है। अजीत सिंघा याद रखी मारना नहीं जिउंदा बन के साडे पेश करना। ये सेवा तेरी गुरु नानक दे घर विचों लाउण लगे हाँ। दोवें हाथ जोड़ के साहबजादा अजीत सिंह साहब कहिंदा कहिंदा सच्चे पातशाह जीओ मेरे विच ते कोई समर्था नहीं पर जे आप मेहर दा हाथ रख दो सिर ते गुरु नानक महाराज रहण अंग संग फिर जाबर खान ते की आखो धर्मराज बन के तुहाडे सामने पेश कर दिया। आओ तकीए दशमेश पातशाह गुरु कलगीधर महाराज की आखरै साहबजादा अजीत सिंह साहब की आखरै सवाल ते जवाब प्यो ते पुत्र दे जिवें हो रहा है। संदीप सिंह महिमे कवीशर की कलम ने जिवें लिखिया मेरे साथी इउं मैने कर रहे ने जी। ओ पुत्र नू कोल बुला के सतगुरु जी कहन सुना के सुन ले पुत कन नू ला के नाही पलाउणा तू जाबर नू मेरे सावे बन ले आउणा तू ड्यूटी है तेरी पुत्रा। ओ जीत सिंह अगो आके तुसी हो सब सते राखे राखो हाथ मेरे माथे आग्या हुन चावांगा लगी जो सेवा जुम्मे सिर ना नभावांगा रहना तुसा अंग संग जी। पुत्र नू कोल बुला के सतगुरु जी कहन सुना के सुन ले पुत कन नू ला के नाही पलाउणा तू याबर नू मेरे सावे बन ले आउणा तू ड्यूटी है तेरी पुत्रा। अजीत सिंह अगों आके तुसी हो सब सते राखे राखो हाथ मेरे माथे आग्या हुन चावांगा लगी जो सेवा जुम्मे सिर ना नभावांगा रहना तुसा अंग संग जी। भरिया गमान दे अंदर करदा है जुल्म पतंदर सच दे टौंदा मंदर झूठे नू टौणा तू याबर नू मेरे सावे बन ले आउणा तू ड्यूटी है तेरी पुत्रा। ओ तुहाडी जे होवे मेर ते पल वी ना लगे देर तुहाडी जे होवे मेर पल वी ना लगे देर वैरी कर रण विच ढेर डंके वजावांगा लगी जो सेवा जुम्मे सिर ना नभावांगा रहना तुसा अंग संग जी। ओ बनके तू सेवादार ते करना है पर उपकारा बनके तू सेवादार करना है पर उपकार वैरी नू देनी हार धर्म नभाउणा तू यावर नू मेरे सावे बन ले आउणा तू ड्यूटी है तेरी पुत्रा। बन जो जे तुसी सहारे कीड़ी फिर हाथी मारे लखों ना कल्ला हारे बोल पगावांगा लगी जो सेवा जुम्मे सिर ना नभावांगा रहना तुसा अंग संग जी। इज्जतां नू हाथ जो पाउंदा बच्चियां ते जुल्म कमाउंदा जोदा है ओ अखवाउंदा भरम मिटाउणा तू याबर नू मेरे सावे बन ले आउणा तू ड्यूटी है तेरी पुत्रा। ताडा बरखुरदार ते शकिया मैं खंडे तारे ताडा बरखुरदार शकिया मैं खंडे तार सकदा हां किवें हारे जित वखावांगा लगी जो सेवा जुम्मे सिर ना नभावांगा रहना तुसा अंग संग जी।
ਬਣਾਉਣੇ ਰਣ ਦੇ ਵਿੱਚ ਯੌਰ ਵਿਖਾਉਣੇ ਵੱਡਿਆਂ ਦੇ ਨਾਰਿਸ਼ ਨਾਉਣੇ ਜਿੱਤ ਦੇ ਸਿਹਰੇ ਲਾਉਣੇ ਹਾਰ ਨਹੀਂ ਆਉਣਾ ਤੂੰ ਜਾਬਰ ਨੂੰ ਮੇਰੇ ਸਾਵੇਂ ਬੰਨ ਲਿਆਉਣਾ ਤੂੰ ਡਿਊਟੀ ਹੈ ਤੇਰੀ ਪੁੱਤਰਾ ਕਾਰਜ ਹੈ ਤੁਸਾਂ ਨੇ ਕਰਨਾ ਮੇਰਾ ਬਸ ਨਾ ਹੈ ਧਰਨਾ ਬੇਡਾਂ ਨੇ ਸ਼ੇਰ ਤੋਂ ਡਰਨਾ ਫਤਿਹ ਗ ਜਾਵਾਂਗਾ ਲੱਗੀ ਜੋ ਸੇਵਾ ਜੁੰਮੇ ਸਿਰ ਨਾ ਨਿਭਾਵਾਂਗਾ ਰਹਿਣਾ ਤੁਸਾਂ ਅੰਗ ਸੰਗ ਜੀ ਇਹ ਸੁਣ ਗੱਲ ਮੇਰੀ ਆਖੀ ਇੱਜ਼ਤਾਂ ਦੀ ਕਰਨੀ ਰਾਖੀ ਚੋਣ ਵੇ ਲੈ ਜਾ ਸਾਥੀ ਰਣਜੀਤ ਵਜਾਉਣਾ ਤੂੰ ਯਾਬਰ ਨੂੰ ਮੇਰੇ ਸਾਵੇਂ ਬੰਨ ਲਿਆਉਣਾ ਤੂੰ ਡਿਊਟੀ ਹੈ ਤੇਰੀ ਪੁੱਤਰਾ ਸਤਿਗੁਰ ਤੋਂ ਆਗਿਆ ਲੈ ਕੇ ਦੁਨੀਆ ਸਿੰਘ ਘੋੜੇ ਬਹਿ ਕੇ ਮਹਿਮੇ ਸੱਚ ਦੱਸਿਆ ਕਹਿ ਕੇ ਮੇਜਰ ਕੇ ਗਾਵਾਂਗਾ ਲੱਗੀ ਜੋ ਸੇਵਾ ਜੁੰਮੇ ਸਿਰ ਨਾ ਨਿਭਾਵਾਂਗਾ ਰਹਿਣਾ ਤੁਸਾਂ ਅੰਗ ਸੰਗ ਜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਸਾਹਮਣੇ ਖਲੋ ਕੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਆਖਦਾ ਕਹਿੰਦਾ ਸਤਿਗੁਰੂ ਜੀ ਮੇਰੇ ਵਿੱਚ ਤੇ ਕੋਈ ਸਮਰੱਥਾ ਨਹੀਂ ਪਰ ਜੇ ਆਪ ਕਿਰਪਾ ਕਰੋ ਫਿਰ ਜਿਹੜੀ ਸੇਵਾ ਲਾਓਗੇ ਉਹ ਦਾਸ ਨਿਭਾ ਦੇਵੇਗਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਅਜੀਤ ਸਿੰਘ ਆ ਸੇਵਾ ਤੇਰੀ ਇਹ ਹੈ ਜਾਬਰ ਖਾਨ ਨੂੰ ਜਿਉਂਦਾ ਬੰਨ ਕੇ ਸਾਡੇ ਪੇਸ਼ ਕਰਨਾ ਉਸ ਧੀ ਨੂੰ ਬਾ ਇੱਜ਼ਤ ਵਾਪਸ ਲੈ ਕਰਕੇ ਆਉਣਾ ਹੈ ਇਹ ਤੇਰੀ ਸੇਵਾ ਗੁਰੂ ਨਾਨਕ ਮਹਾਰਾਜ ਦੇ ਘਰ ਵਿੱਚੋਂ ਲਾਉਣ ਲੱਗੇ ਹਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਵਰਗਾ ਗੁਰੂ ਸੰਸਾਰ ਵਿੱਚ ਨਾ ਕੋਈ ਹੋਇਆ ਨਾ ਕਦੇ ਰਹਿੰਦੀ ਦੁਨੀਆਂ ਤੱਕ ਹੋ ਸਕਦਾ ਇੱਥੇ ਹੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕਦੇ ਆ ਕਰਕੇ ਕਸ਼ਮੀਰ ਦੇ ਪੰਡਤਾਂ ਨੇ ਫਰਿਆਦ ਕੀਤੀ ਅਤੇ ਸਤਿਗੁਰਾਂ ਆਪਣੇ ਬਾਪੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਸ਼ਹਾਦਤ ਦਾ ਜਾਮ ਪੀਣ ਵਾਸਤੇ ਤੋਰ ਦਿੱਤਾ ਅੱਜ ਫਿਰ ਦੁਖਿਆਰੇ ਨੇ ਆ ਕੇ ਫਰਿਆਦ ਕੀਤੀ ਹੈ ਅਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਨੌਜਵਾਨ ਪੁੱਤਰ ਦੀ ਡਿਊਟੀ ਲਾ ਰਹੇ ਨੇ ਅਜੀਤ ਸਿੰਘਾ ਇਹ ਸੇਵਾ ਤੂੰ ਨਿਭਾਉਣੀ ਹੈ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਹਿੰਦੇ ਇਹ ਡਿਊਟੀ ਤੇਰੀ ਲਾਉਣ ਲੱਗੇ ਹਾਂ ਕੋਲ ਖੜੇ ਬਾਬਾ ਜੀਵਨ ਸਿੰਘ ਸਾਹਿਬ ਕਹਿੰਦੇ ਸਤਿਗੁਰੂ ਜੀ ਜੇ ਤੁਹਾਡਾ ਹੁਕਮ ਹੋਵੇ ਇੱਕ ਬੇਨਤੀ ਕਰ ਸਕਦਾ ਸਤਿਗੁਰਾਂ ਨੇ ਆਖਿਆ ਬਾਬਾ ਜੀਵਨ ਸਿੰਘ ਜੀ ਜ਼ਰੂਰ ਆਖੋ ਅਤੇ ਬਾਬਾ ਜੀਵਨ ਸਿੰਘ ਸਾਹਿਬ ਆਖਣ ਲੱਗੇ ਸਤਿਗੁਰੂ ਜੀ ਸਾਡੀ ਇੱਕ ਬੇਨਤੀ ਹੈ ਤੁਹਾਡਾ ਸਾਜਿਆ ਨਵਾਜਿਆ ਆ ਖਾਲਸਾ ਤਿਆਰ ਬਰ ਤਿਆਰ ਖੜਾ ਹੈ ਤੁਹਾਡੇ ਇੱਕ ਇਸ਼ਾਰੇ 'ਤੇ ਤੁਹਾਡੀ ਅਸੀਸ ਦੇ ਨਾਲ ਜਾਵੇਗਾ ਅਨੰਦਪੁਰ ਸਾਹਿਬ ਤੋਂ ਜਕਾਰੇ ਬੁਲਾਉਂਦਾ ਅਤੇ ਜਾਬਰ ਖਾਨ ਨੂੰ ਸੋਧ ਕੇ ਵਾਪਸ ਆ ਜਾਵੇਗਾ ਸਾਡੀ ਬੇਨਤੀ ਹੈ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਨਾ ਭੇਜਿਆ ਜਾਵੇ ਇਹਨਾਂ ਦੀ ਉਮਰ ਛੋਟੀ ਹੈ ਵੱਡੇ ਵੀਰਾਂ ਦੇ ਹੁੰਦੇ ਹੋਏ ਛੋਟੇ ਵੀਰ ਨੂੰ ਜਾਣ ਦੀ ਜ਼ਰੂਰਤ ਨਹੀਂ ਜਾਬਰ ਖਾਨ ਬੜਾ ਹੰਕਾਰਿਆ ਹੈ ਉਹ ਇੰਨਾ ਮਾਣ ਕਰਦਾ ਕਹਿੰਦਾ ਮੇਰੇ ਇਲਾਕੇ ਵਿੱਚੋਂ ਹਵਾ ਵੀ ਮੈਨੂੰ ਪੁੱਛੇ ਬਿਨਾਂ ਨਹੀਂ ਲੰਘ ਸਕਦੀ ਸਤਿਗੁਰੂ ਜੀ ਉਹਨੇ ਗੱਲਬਾਤ ਦੇ ਨਾਲ ਮਸਲਾ ਹੱਲ ਨਹੀਂ ਕਰਨਾ ਉੱਥੇ ਖੰਡਾ ਖੜਕਾਉਣਾ ਪੈਣਾ ਇਹ ਆਪ ਜੀ ਵੀ ਜਾਣਦੇ ਹੋ ਇਸ ਕਰਕੇ ਸਾਡੀ ਬੇਨਤੀ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਨੂੰ ਨਾ ਭੇਜੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਇੱਥੇ ਜਿਹੜਾ ਜਵਾਬ ਦਿੱਤਾ ਉਹ ਬੜਾ ਕਾਬਲੇ ਗੌਰ ਹੈ ਸਾਡੇ ਇਤਿਹਾਸਕਾਰਾਂ ਨੇ ਸੁਨਹਿਰੀ ਅੱਖਰਾਂ ਵਿੱਚ ਸੰਭਾਲ ਕੇ ਰੱਖਿਆ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਬਾਬਾ ਜੀਵਨ ਸਿੰਘ ਜੀ ਅਜੀਤ ਸਿੰਘ ਦੀ ਉਮਰ ਕਿੰਨੀ ਹੈ ਭਲਾ ਬਾਬਾ ਜੀਵਨ ਸਿੰਘ ਸਾਹਿਬ ਕਹਿੰਦੇ ਸਤਿਗੁਰੂ ਇਹ ਤਾਂ ਤੁਸੀਂ ਬਹੁਤਾ ਜਾਣਦੇ ਹੋ ਸਤਿਗੁਰਾਂ ਆਖਿਆ ਨਹੀਂ ਦੱਸ ਕਿੰਨੀ ਉਮਰ ਹੈ ਅਜੀਤ ਸਿੰਘ ਦੀ ਬਾਬਾ ਜੀਵਨ ਸਿੰਘ ਸਾਹਿਬ ਕਹਿਣ ਲੱਗੇ ਸਤਿਗੁਰੂ ਪੌਣੇ ਕੁ 16 ਸਾਲ ਦੀ ਉਮਰ ਹੈ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਜੀਵਨ ਸਿੰਘ ਜੀ ਇਹ ਉਮਰ ਹੁੰਦੀ ਹੈ ਬਚਪਨ ਅਤੇ ਜਵਾਨੀ ਦੀ ਦਹਲੀਜ਼ ਇਸ ਉਮਰ ਵਿੱਚ ਜਦੋਂ ਬੱਚਾ ਪਹੁੰਚਦਾ ਬਚਪਨੇ ਨੂੰ ਛੱਡ ਕੇ ਜਵਾਨੀ ਵਿੱਚ ਪੈਰ ਧਰਦਾ ਅਤੇ ਬਹੁਤੀ ਵਾਰ ਉਹ ਪੈਰ ਤਿਲਕ ਜਾਇਆ ਕਰਦਾ ਹੈ ਇਸ ਉਮਰ ਦੇ ਵਿੱਚ ਪੁੱਤਰ ਪਹੁੰਚਦਾ ਉਹ ਪਰਾਈਆਂ ਧੀਆਂ 'ਤੇ ਮੈਲੀ ਆਖ ਕਰਦਾ ਅਸੀਂ ਸੰਸਾਰ ਦੇ ਲੋਕਾਂ ਨੂੰ ਪੂਰਨੇ ਪਾ ਕੇ ਦੱਸਣੇ ਚਾਹੁੰਦੇ ਹਾਂ ਜਿਸ ਉਮਰ ਵਿੱਚ ਲੋਕਾਂ ਦੇ ਪੁੱਤਰ ਪਰਾਈਆਂ ਧੀਆਂ ਵੱਲ ਮੈਲੀ ਆਖ ਕਰਦੇ ਨੇ ਇੱਜ਼ਤਾਂ ਵੱਲ ਮੈਲੀ ਆਖ ਕਰਦੇ ਨੇ ਇਸ ਉਮਰ ਵਿੱਚ ਖਾਲਸਾ ਇੱਜ਼ਤਾਂ ਦੀ ਰਾਖੀ ਕਰਨੀ ਜਾਣਦਾ ਅਤੇ ਰਹਿੰਦੀ ਦੁਨੀਆਂ ਤੱਕ ਕਰਦਾ ਰਹੇਗਾ ਇਹ ਸੰਸਾਰ ਨੂੰ ਪੂਰਨੇ ਪਾ ਕੇ ਅਸਾਂ ਦੱਸਣੇ ਨੇ ਇਸ ਕਰਕੇ ਅਜੀਤ ਸਿੰਘ ਜ਼ਰੂਰ ਜਾਵੇਗਾ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਨੂੰ ਥਾਪਿਆ ਗਏ ਜਥੇਦਾਰ ਬਾਬਾ ਜੀਵਨ ਸਿੰਘ ਸਾਹਿਬ ਨੂੰ ਮੀਤ ਜਥੇਦਾਰ ਸਤਿਗੁਰਾਂ ਨੇ ਥਾਪ ਦਿੱਤਾ ਸਤਿਗੁਰਾਂ ਤੋਂ ਆਗਿਆ ਲੈ ਕੇ ਅਰਦਾਸਾ ਸੋਧਿਆ ਗਿਆ
गुरु कलगीधर पातशाह महाराज असीसां दे के अपने सपुत्र साहबजादा बाबा अजीत सिंह साहब नूं तोरदे ने। त्यार बर त्यार हो के खालसे दा जथा लाईआ रणजीत नगारे ते चोट आनंदपुर दीआं पहाड़ियां गूंज उठियां। मुखों पढ़दे जा रहे ने वीर रस दे शब्द, कबीर जिस मरने ते जग डरे मेरे मन आनंद, मरने ही ते पाईआ पूर्ण परमानंद, गगन दमामा बाजियो परयो निशाने घाओ, खेत जो मांडियो सूरमा अब जूझन को दाओ, सूरा सो पहचानिए जो लड़ा दीन के हेत, पुरजा पुरजा कट मरे कभू ना छाडे खेत। वीर रस दे शब्द पढ़दा मारदा नगारिया ते चोटा, सत श्री अकाल दे जकारे बुलाउंदा साहबजादा अजीत सिंह दी अगवाई विच 200 सिंघां दा जथा आनंदपुर साहब तों चलिया। सिगर दुपहरे बसियां पठाणा ते जाके हल्ला कर दिता, किवें बसियां पठाणा वाले इस हंकारे होए खान, जाबर खान नूं सिंघां ने सोधिया, किवें धीआं नूं आजाद कराया, जो कुछ उस वेले वापरिया उस वेले दा सारा नक्शा अपनी कलम राही महिमे कवीशर ने खिंचण दा यतन कीता, प्यार सत्कार नाल सरवण करो, इउं बेनती कीती जा रही है जी। ਉਹ ਲੈ ਕੇ ਆ ਗਿਆ ਗੁਰੂ ਪਿਤਾ ਕੋਲੋਂ ਤੁਰਿਆ ਅਜੀਤ ਸਿੰਘ ਜੀ, ਮੁੱਛ ਫੁੱਟਦੀ ਤੇ ਚੜ੍ਹਦੀ ਜਵਾਨੀ ਯੂਸਫ ਤੋਂ ਵੱਧ ਬੰਬ ਦਾ ਲਾੜਾ ਤੁਰਿਆ। ਉਹ ਲਾੜਾ ਤੁਰਿਆ ਵੇ ਆਉਣ ਜੇ ਤਹੀਰ ਨੂੰ, ਲਾੜਾ ਤੁਰਿਆ ਤੁਰਿਆ ਵੇ ਆਉਣ ਜੇ ਤਹੀਰ ਨੂੰ, ਨਾਲ ਹੀ ਬਰਾਤੀ ਚੱਲ ਪਏ ਜਥਾ 200 ਸਿੰਘਾਂ ਦਾ ਚੜਿਆ, ਸਤਿ ਸ੍ਰੀ ਅਕਾਲ ਆਖਦਾ ਚੱਲੇ ਸੂਰਮੇ। ਉਹ ਲੈ ਕੇ ਆ ਗਿਆ ਗੁਰੂ ਪਿਤਾ ਕੋਲੋਂ ਤੁਰਿਆ ਅਜੀਤ ਸਿੰਘ ਜੀ, ਮੁੱਛ ਫੁੱਟਦੀ ਤੇ ਚੜ੍ਹਦੀ ਜਵਾਨੀ ਯੂਸਫ ਤੋਂ ਵੱਧ ਫੱਬ ਦਾ ਲਾੜਾ ਤੁਰਿਆ। ਲਾੜਾ ਤੁਰਿਆ ਵੇ ਆਉਣ ਜੇ ਤਹੀਰ ਨੂੰ, ਲਾੜਾ ਤੁਰਿਆ ਤੁਰਿਆ ਵੇ ਆਉਣ ਜੇ ਹੀਰ ਨੂੰ, ਨਾਲ ਹੀ ਬਰਾਤੀ ਚੱਲ ਪਏ ਜਥਾ 200 ਸਿੰਘਾਂ ਦਾ ਚੜਿਆ, ਸਤਿ ਸ੍ਰੀ ਅਕਾਲ ਆਖਦਾ ਚੱਲੇ ਸੂਰਮੇ। ਚੱਲ ਸੂਰਮੇ ਨੇ ਪਾਰ ਉਪਕਾਰ ਲਈ ਬਈ, ਚੱਲੇ ਸੂਰਮੇ ਸੂਰਮੇ ਨੇ ਪਾਰ ਉਪਕਾਰ ਲਈ, ਧੌਂਸਿਆਂ ਤੇ ਚੋਟਾਂ ਮਾਰਦੇ ਘੋੜੇ ਉੱਡਦੇ ਹਵਾ ਦੇ ਵਿੱਚ ਜਾਂਦੇ, ਧੂੜ ਚੜੀ ਅਸਮਾਨ ਤੇ ਨੇਜੇ ਬਰਸ਼ੇ, ਨੇਜੇ ਬਰਸ਼ੇ ਹਵਾ ਚ ਲਹਿਰਾਉਂਦੇ, ਨੇਜੇ ਬਰਸ਼ੇ ਬਰਸ਼ੇ ਹਵਾ ਚ ਲਹਿਰਾਉਂਦੇ, ਬਿਜਲੀ ਜੋ ਤੇਗ ਲਿਸ਼ਕੇ ਖੰਡੇ ਚਮਕੇ ਚਮਕੇ, ਹੱਥੀ ਦੋ ਤਾਰੇ ਮੋਢਿਆਂ ਤੇ ਢਾਲਾਂ ਸੋਂਦੀਆਂ, ਝੰਡੇ ਕੇਸਰੀ ਓ ਝੰਡੇ ਕੇਸਰੀ ਹਵਾ ਦੇ ਵਿੱਚ ਉੱਡਦੇ ਜੀ, ਝੰਡੇ ਕੇਸਰੀ ਕੇਸਰੀ ਹਵਾ ਦੇ ਵਿੱਚ ਉੱਡਦੇ, ਖਾਲਸੇ ਦੀ ਸ਼ਾਨ ਦੱਸਦੇ ਵਿੱਚ ਪਲਾਂ ਦੇ ਪਹੁੰਚ ਗਏ ਸੂਰੇ ਬੱਸੀਆਂ ਪਠਾਣਾ ਅੰਦਰ, ਅਜੀਤ ਸਿੰਘ ਨੇ ਬੋਲ ਜੈਕਾਰਾ, ਅਜੀਤ ਸਿੰਘ ਨੇ ਬੋਲ ਜੈਕਾਰਾ, ਸਿੰਘਾਂ ਵਿੱਚ ਜੋਸ਼ ਭਰਿਆ ਕਿਹੜੇ ਸ਼ੇਰਾਂ ਦੇ ਗਿੱਦੜੇ ਅੱਜ ਆ ਗਏ ਬਚ ਕੇ ਨਾ ਜਾਣ ਨਿਕਲੇ, ਫਿਰ ਸਿੰਘਾਂ ਨੇ ਹਜਾਬਰ ਵੰਗਾਰਿਆ, ਫਿਰ ਸਿੰਘਾਂ ਨੇ ਹਜਾਬਰ ਵੰਗਾਰਿਆ, ਬੈਠਾ ਕਿਹੜੀ ਖੁੱਡ ਦਾੜ ਕੇ, ਧੀਆਂ ਭੈਣਾਂ ਦੀ ਇੱਜ਼ਤ ਤੂੰ ਹੈ ਰੋਲਦਾ ਖੁਦ ਨੂੰ, ਤੂੰ ਦੱਸੇ ਸੂਰਮਾ ਬਾਹਰ ਨਿਕਲ ਜਰਾ ਹੁਣ ਪਾਪੀਆ, ਬਾਹਰ ਨਿਕਲ ਜਰਾ ਹੁਣ ਪਾਪੀਆ, ਕਰੀਏ ਸਾਬ ਤੇਰੇ ਨਾਂ ਆਇਆ ਖਾਲਸਾ ਹੈ ਪੁਰੀ ਆਨੰਦ ਤੋਂ ਨਰਥ ਪਾਉਣ, ਤੈਨੂੰ ਜਾਲਮਾ ਆ ਜਾ ਰਣ ਵਿੱਚ ਫੈਸਲਾ ਕਰੀਏ, ਆ ਜਾ ਰਣ ਵਿੱਚ ਫੈਸਲਾ ਕਰੀਏ, ਬਾਹਾਂ ਵਿੱਚ ਜ਼ੋਰ ਕੇਸ ਦੇ ਸਾਥੀ ਸੱਦ ਲੈ ਜਿਹੜੇ ਤੂੰ ਸੱਦਣੇ, ਮਨ ਵਿੱਚ ਰੀਝ ਨਾ ਰਹੇ ਸੁਣ ਸਿੰਘਾਂ ਦੇ ਖਾਨ ਲਲਕਾਰੇ, ਸਿੰਘਾਂ ਦੇ ਖਾਨ ਲਲਕਾਰੇ, ਇਕੱਠੇ ਕਰ ਸਾਥੀਆਂ ਨੂੰ, ਬਾਹਰ ਆ ਗਿਆ ਕਿਲੇ ਦੇ ਅੰਦਰੋਂ ਭਰਿਆ ਗਮਾਨ ਵਿੱਚ ਸੀ, ਜਾ ਅਲੀ ਦਾ ਮਾਰ ਕੇ ਨਾਰਾ, ਖਾਨ ਅਲੀ ਦਾ
नारा सिंह शेरां नूं वंगारदा अजीत सिंह ने, सिंह ने जकारा छड़िया धरती आकाश कंब गए, दल दोवें ही दल दोवें ही मैदान विच जुट गए, दल दोवें ही मैदान विच जुट गए, वध वध तेगा मार दे मोहे मरने मरने का चाव मुखो पड़ दे खालसे मैदान जूझ दे तेग चल दी ढाल नहीं चल दी बई तेग चल दी ढाल नहीं चल दी सजोवा ताई रखे चीर के वांग शेरां दे खालसे वड़ गए भेडुआ दे वाड़े अंदर थोड़े चिरां च खालसे मूरे थोड़े चिरां च चिरां च खालसे मूरे टिड्डी दल भज उठिया वीर नस गए वीर नू छड के मित्रा निहाल पुछिया जाबर खान नू जाबर खान नू अजीत सिंह शेर ने कैद कीता संगला च तिया भैणा नू भैणा नू याद करा के इज्जत दे नाल तोरिया पापी खान नू पापी खान नू कैद कर लियांदा पापी खान नू खान नू कैद कर लियांदा सावे गुरु दसवें दे महिमा लिखदा लिखदा ओ नादिया वारा नाम जड़ा उच्चा कर गए कर गए कर गए गुरां दियां रहमतां जेड़े तर गए। साहिबजादा अजीत सिंह साहब साथियां समेत पहुंचे ने बसियां पठाणा अंदर, सिंघां ने पहरे ते खड़े होए सिपाही पहले हल्ले विच चड़का दिते। साहिबजादा अजीत सिंह साहब किले दे बाहर खलो के जाबर खान नूं वंगारिया, ओ जाबर खाना बाहर निकल। जदों जाबर खान ने आवाज सुनी साहिबजादा अजीत सिंह साहब दी कि ओए जाबर खाना कह के कोई मेरे दरवाजे ते आवाजा मार रहा, यह मन विच सोचदा ओ मेरा ते ना सुन के लोग राह बदल लैंदे ने कि किते जाबर खान दे कहर दा सानू शिकार ना होना पै जावे। मेरे दरवाजे ते आके ओए जाबर खाना कह के आवाजा मारन वाला कौन है, ये हंकार विच भरिया अपने किले की छत तो बहर वेखदा। साहिबजादा अजीत सिंह साहब नूं तकिया, यह खिड़खिड़ा के हसया, कहिंदा ओ जे मेरे नाल लड़न वास्ते आउणा सी मेरे बराबर दा जवान भेजना सी मैं बच्चे दे नाल की लड़ सकदा हाँ। साहिबजादा अजीत सिंह साहब ने आख्या तू जवान नहीं, जे तू जवान हुंदा ते फिर कमजोर धियां भैणां दे उत्ते जोर अजमैश ना करिया करदा, लोकां दियां धियां भैणां धक्के नाल चुक के लियाउण वाला जवान नहीं हो सकदा, इज्जतां दी राखी करन वाले नूं जवान आख्या जांदा। इह गुरु कलगीधर पातशाह महाराज दा साजिया नवाजिया खालसा तेरे दरवाजे ते आ खलोता, हुण गल्लां नाल तेरी गल जिहड़ी है उह किसे पासे नहीं लगनी, आ रण मैदान अंदर फिर इत्थे फैसला कीता जावेगा। साहिबजादा अजीत सिंह साहब दी वंगार सुन के जाबर खान हंकार विच भरिया अपने साथियों नूं इकट्ठे करके रण मैदान विच पहुंचा है। सिंघां ने इहदे नाल आए साथी झटका दिते ने। साहिबजादा अजीत सिंह साहब ने जाबर खान नूं वंगारिया, घोड़ा छेड़ के साहिबजादा अजीत सिंह साहब दे सामने जाबर खान आया। साहिबजादा अजीत सिंह कहिंदे पहला वार खाना तूं कर ला क्योंकि खालसा कदे वादा नहीं करिया करदा। जाबर खान ने हंकार विच आ के साहिबजादा अजीत सिंह साहब ते वार कीता। साहिबजादे अजीत सिंह ने ढाल दे उत्ते उहदा वार रोक लिया, आख्या खाना कितें मन विच कोई इच्छा अधूरी ना रह जावे इस करके एक वार होर कर ला। जाबर खान ने दूसरा वार कीता, साहिबजादे अजीत सिंह ने यह भी वार रोक लिया, आख्या हुण वारी मेरी है। साहिबजादा अजीत सिंह साहब ने सत श्री अकाल दे जकारे दे नाल तेग दा वार कीता, इन्हें तेग ते रोकण दा जतन कीता पर जाबर खान दी तलवार दो टोटे होके धरती ते डिग पई। दूसरी वार साहिबजादा अजीत सिंह वार करना चाहुंदे सन पर याद आ गए बचन गुरु कलगीधर महाराज दे, जाबर खान नूं मारना नहीं जिउंदा साडे सामने पेश करना। साहिबजादा अजीत सिंह घोड़े तों छाल मार के उतरे, उस वेले जाबर खान नूं संगलां विच जकड़ लिया ते आख्या सिंघां नूं इस पापी नूं आनंदपुर साहिब दी धरती ते पहुंचाया जावे। नाल लै के सिंघां नूं साहिबजादा अजीत सिंह इहदे किले विच पहुंचे ने, कहिंदे जिहड़ियां धीआं इहदी कैद विच ने उहनां नूं आजाद करा के इज्जत नाल घरों घरी पहुंचाउणा। पर एक गल याद रखियो
खान दे घर विच जिहड़ियां औरतां ने उहनां नूं साडे तों कोई खतरा नहीं होना चाहीदा। खान दे महिलां दी तलाशी कीती गई। इस पंडित देवी दास दी घरवाली समेत कुर हो तियां इहदी कैद विच ने, उहनां नूं खालसे ने आजाद करवा के बाहर लियांदा। साहिबजादा अजीत सिंह ने आख्या इन्हां भैणां नूं इज्जत नाल घरों करी पहुँचा दिता जावे। इन्हां भैणां ने आख्या वीर जी असीं इक बेनती करनी चाहुंदियां। साहिबजादा अजीत सिंह ने आख्या दसो भैणों, कहिंदे सानू घरां विच ना पहुँचाया जावे, साडे घर दे ते सानू कदों दे भुल चुके सन, उहनां वास्ते तां असीं कदों दियां मर चुकियां हाँ। साडी इस कुंभी नरक विच्चों बंदी छोड़ कराउण वाला गुरू कलगीधर पातशाह महाराज है, सानू आनंदपुर साहिब दी धरती ते लै चलो, असीं उहनां दे दर्शन करने चाहुंदियां हाँ। साहिबजादा अजीत सिंह ने आख्या बड़े सख्त पैरे विच इज्जत नाल इहनां धीआं नूं आनंदपुर साहिब पहुँचाया जावे। इहनां धीआं नूं गड्डे ते बिठा के पैरा ला के गड्डा अगे अगे तोरिया गया। पिछे जावर खान नूं बन्ह के सिंह आनंदपुर साहिब दी धरती नूं चल पए ने। जदों बसियां पठाणा तों थोड़ा अगे गए ते फिर पिछे पठाणा दी टोली ने कट्ठे हो करके इक हल्ला बोल दिता। जा रहे सिंघां तों पिछे आ के इन्हां ने एक जोर दी हल्ला बोलिया। ਇਹ ਜਦੋਂ ਹੱਲਾ ਇਹਨਾਂ ਖਾਨਾਂ ਦੀ ਟੋਲੀ ਨੇ ਕੀਤਾ ਤੇ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਨਾਲ ਆਏ ਨੇ ਬਾਬਾ ਜੀਵਨ ਸਿੰਘ ਸਾਹਿਬ। ਜੋਸ਼ ਵਿੱਚ ਭਰਿਆ ਗੁਰੂ ਕਾ ਲਾਲ ਦੋ ਹੱਥਾਂ ਵਿੱਚ ਦੋ ਰਫਲਾਂ ਲੈ ਕੇ ਬਾਬਾ ਜੀਵਨ ਸਿੰਘ ਸਾਹਿਬ ਨੇ ਜਿਵੇਂ ਇਸ ਪਿੱਛੇ ਚੜ੍ਹਦੀ ਆ ਰਹੀ ਖਾਨਾਂ ਦੀ ਟੋਲੀ ਨੂੰ ਅੱਗੇ ਲਾ ਕੇ ਫਿਰ ਬਸੀਆਂ ਪਠਾਣਾ ਤੋਂ ਵੀ ਪਾਰ ਤੱਕ ਪਹੁੰਚਾਇਆ। ਉਸ ਵੇਲੇ ਦੀਆਂ ਲਾਈਨਾਂ ਕਵੀਸ਼ਰ ਜਥਾ ਇਉਂ ਮੈਨੇ ਕਰ ਰਿਹਾ ਹੈ ਜੀ। ਓ ਜਾਵਰ ਖਾਂ ਨੂੰ ਬਨ ਕੇ ਤੁਰ ਪਏ ਪੂਰੀ ਆਨੰਦਾਂ ਵੱਲੇ ਜੀ, ਪਿੱਛੇ ਆ ਖਾਨਾਂ ਦੀ ਟੋਲੀ ਕਰੇ ਸਿੰਘਾਂ ਤੇ ਹੱਲੇ ਜੀ। ਓ ਪਰਬਤ ਵਾਂਗੂ ਡਟ ਗਿਆ ਸੂਰਾ ਰੋਕਣ ਲਈ ਤੂਫਾਨਾਂ ਨੂੰ, ਬਾਬਾ ਜੀਵਨ ਸਿੰਘ ਯੋਧੇ ਨੇ ਅੱਗੇ ਲਾ ਲਿਆ ਖਾਨਾਂ ਨੂੰ। ਓ ਜਾਵਰ ਖਾਂ ਨੂੰ ਬਨ ਕੇ ਤੁਰ ਪਏ ਪੂਰੀ ਆਨੰਦਾਂ ਵੱਲੇ ਜੀ, ਪਿੱਛੇ ਆ ਖਾਨਾਂ ਦੀ ਟੋਲੀ ਕਰੇ ਸਿੰਘਾਂ ਤੇ ਹੱਲੇ ਜੀ। ਓ ਪਰਬਤ ਵਾਂਗੂ ਡਟ ਗਿਆ ਸੂਰਾ ਰੋਕਣ ਲਈ ਤੂਫਾਨਾਂ ਨੂੰ, ਬਾਬਾ ਜੀਵਨ ਸਿੰਘ ਯੋਧੇ ਨੇ ਅੱਗੇ ਲਾ ਲਿਆ ਖਾਨਾਂ ਨੂੰ। ਇਹ ਸਤਿ ਸ੍ਰੀ ਅਕਾਲ ਜਕਾਰਾ ਜਦ ਯੋਧੇ ਨੇ ਲਾਇਆ ਜੀ, ਸ਼ੇਰ ਦੇ ਵਰਗੀ ਭਵਕ ਨੂੰ ਸੁਣ ਕੇ ਗਿੱਦੜ ਦਲ ਘਬਰਾਇਆ ਜੀ। ਓ ਵਿੱਚ ਅਖਾੜੇ ਢੋਣ ਅੱਜ ਵਿੱਚ ਅਖਾੜੇ ਢੋਣਾ ਅੱਜ ਹੈ ਵੱਡੇ ਜੋ ਭਲਵਾਨਾਂ ਨੂੰ, ਬਾਬਾ ਜੀਵਨ ਸਿੰਘ ਯੋਧੇ ਨੇ ਅੱਗੇ ਲਾ ਲਿਆ ਖਾਨਾਂ ਨੂੰ। ਓ ਬਿਜਲੀ ਦੀ ਫੁਰਤੀ ਦੇ ਵਾਂਗਰ ਘੋੜਾ ਤੇਜ਼ ਦੜਾਉਂਦਾ ਸੀ, ਦੋ ਹੱਥਾਂ ਵਿੱਚ ਦੋ ਰਫਲਾ ਲੈ ਗੋਲੀ ਪਿਆਲ ਚਲਾਉਂਦਾ ਸੀ। ਓ ਖੁੰਜਣ ਦੇ ਵੇ ਯਾਰਾ ਨਾ ਯੋਧਾ ਪੱਕੇ ਲਾਏ ਨਿਸ਼ਾਨਾਂ ਨੂੰ, ਬਾਬਾ ਜੀਵਨ ਸਿੰਘ ਯੋਧੇ ਨੇ ਅੱਗੇ ਲਾ ਲਿਆ ਖਾਨਾਂ ਨੂੰ। ਓ ਕਲਗੀ ਧਰਦੀ ਓਟ ਟਕਾ ਕੇ ਦੇ ਵਿੱਚ ਮੈਦਾਨੇ ਲੜਦਾ ਸੀ, ਕਲਗੀ ਧਰਦੀ ਓਟ ਟਕਾ ਕੇ ਵਿੱਚ ਮੈਦਾਨੇ ਲੜਦਾ ਸੀ, ਜੋ ਆਉਂਦਾ ਸੀ ਮੂਹਰੇ ਉਸਦੇ ਬੇਰਾਂ ਵਾਂਗਰ ਝੜਦਾ ਸੀ। ਓ ਸੁਣੇ ਸੰਜੋਆ ਚੀਰ ਕੇ ਸੁੱਟ ਦੇ ਤੇ ਵਾਉਂਦਾ ਜਦ ਕਿਰਪਾਨਾਂ ਨੂੰ, ਸੁਣੇ ਸੰਜੋਆ ਚੀਰ ਕੇ ਸੁੱਟ ਦੇ ਵਾਉਂਦਾ ਜਦ ਕਿਰਪਾਨਾਂ ਨੂੰ, ਬਾਬਾ ਜੀਵਨ ਸਿੰਘ ਯੋਧੇ ਨੇ ਅੱਗੇ ਲਾ ਲਿਆ ਖਾਨਾਂ ਨੂੰ। ਓ ਜਿਸ ਪਾਸੇ ਨੂੰ ਲੰਘ ਜਾਂਦਾ ਹੈ ਲਾਸ਼ਾਂ ਨਜ਼ਰੀ ਆਉਂਦੀਆਂ ਨੇ, ਅੱਜ ਨੀ ਬਚਦੀ ਜਾਨ ਅਸਾਂ ਦੀ ਫੌਜਾਂ ਤਾਂ ਘਬਰਾਉਂਦੀਆਂ ਨੇ। ਓ ਪਖਦੇ ਨੇਤਰ ਵੇਖ ਸ਼ੇਰ ਦੇ ਕਮਣੀ ਛਿੜੀ ਪਠਾਨਾਂ ਨੂੰ, ਬਾਬਾ ਜੀਵਨ ਸਿੰਘ ਯੋਧੇ ਨੇ ਅੱਗੇ ਲਾ ਲਿਆ ਖਾਨਾਂ ਨੂੰ। ਓ ਜਾਨ ਬਚਾਉਣੀ ਤਾਂ ਨਸ ਜਾਈਏ ਕਰਦੇ ਖਾਨ ਸਲਾਵਾਂ ਨੇ, ਸਾਡੇ ਸਾਵੇਂ ਜਾਨ ਗਵਾਲੀ ਸਾਡੇ ਵੀਰ ਭਰਾਵਾਂ ਨੇ। ਓ ਸਿੰਘਾਂ ਦੇ ਨਾਲ ਲੜ ਨਹੀਂ ਸਕਦੇ ਰਹੀ ਨਾ ਜੁਰਤ ਜਵਾਨਾਂ ਨੂੰ, ਬਾਬਾ ਜੀਵਨ ਸਿੰਘ ਯੋਧੇ ਨੇ ਅੱਗੇ ਲਾ ਲਿਆ ਖਾਨਾਂ ਨੂੰ। ਓਏ ਔਰਤਾਂ ਉੱਤੇ ਜ਼ੁਲਮ ਕਮਾ ਕੇ ਜਿਹੜੇ ਮਰਦ ਕਹਾਉਂਦੇ ਸੀ,
हाल से मूरे अज ओ मर्द लोक के जान बचाउंदे सी। ओ जीवन सिंह अजीत सिंह ने लियाए जित मदाना नू, जीवन सिंह अजीत सिंह ने लियाए जित मदाना नू, बाबा जीवन सिंह जोधे ने अगे ला लिया खाना नू। ओ अद्धी तो वध फौज मरा के छड मैदान नू नसे जी, अद्धी तो वध फौज मरा के छड मैदान नू नसे जी, महीमे दे संदीप सिंह ने साके लिख लिख दसे जी। ओ मेजर ते किरपाल भी रल के लाउंदे उची टाना नू, बाबा जीवन सिंह जोधे ने अगे लाया खाना नू। बाबा जीवन सिंह साहब ते बाबा अजीत सिंह साहब ने इस आई हुई खाना दी टोली नू दड़ा दड़ा करके इन्हां नू बसियां पठाणा तो पार तक दा रस्ता विखा दिता, सैकड़िया नू सदा दी नींद सवा दिता गया, बाकी जान बचा के नस गए। गुरु के लाल सत श्री अकाल दे जकारे गजाउंदे होए आनंदपुर साहब दी धरती नू रवाना हो गया। कुछ सिंघां ने इत्थे शहादत दा जाम पीता। मालपुर पिंड हुशियारपुर जिले दे विच है जिथे अज भी गुरद्वारा शहीद सिंघां सुशोभित है। उन्हां महान शहीदां दी याद अंदर साहबजादा अजीत सिंह साहब गुरु कलगीधर पातशाह महाराज वालों लगाई हुई ड्यूटी नू निभा करके इन्हां धीआं नू आजाद करा के आनंदपुर साहब दी धरती ते पहुंचे। गुरु कलगीधर पातशाह महाराज आप अगों लैण वास्ते आए ने। छाती नाल साहबजादा अजीत सिंह नू लगा करके असीसां दित्तियां। सिंघां नू सरपाओ दे करके गुरु कलगीधर पातशाह महाराज जी ने असीसां बख्शिश कीतियां। आख्या जिहड़ी सेवा गुरु नानक दे घर विच्चों ताड़ी लगाई गई सी तुसां उह सेवा निभा दित्ती है। साहबजादा अजीत सिंह ने आख्या सरगुरु ताडे हुक्म अनुसार आ जाबर खान पापी आप जी की कृपा सदका आप जी दे सामने असां पेश कर दिता, इहदा फैसला तुसीं कर दिओ। गुरु कलगीधर महाराज कहिंदे इहदा फैसला असीं नहीं, इह धीआं करनगियां जिहड़ियां इहदी कैद विच रहि के आईआं। सतगुरु आख्या दसो धीओ किहो जिहा सलूक इहने ताडे नाल कीता। इहनां धीआं ने आख्या साडियां इज्जतां नूं इह पापी नोच नोच कुत्तियां वांग खांदा रहा। सतगुरु आख्या इहदी सज़ा भी इहो होवेगी, जमीन विच अद्धा नप दिओ उत्ते शिकारी कुत्तियां नूं छड्ड दित्ता जावे, इहदियां बोटियां नोच नोच उस तरह कुत्ते खाणगे। पापी के मारने को पाप महाबली है। इसे तरह जावर खान नूं धरती विच दब के उत्ते कुत्तियां नूं छड्ड दित्ता गया, इहदियां बोटियां नूं तोड़ तोड़ कुत्तियां ने खाधा, इह पापां दी सज़ा भुगतदा होया नरकां नूं चाला मार गया। सतगुरां ने शहीद होए सिंघां दा संस्कार अपने हत्थां दे नाल करवाया ते जित के आए सिंघां नूं सन्मान दे करके सतगुरां ने नवाजिया। यह गुरु कलगीधर पातशाह महाराज जी ने वह महान पर उपकार अपने वड्डे सपुत्र साहबजादा अजीत सिंह साहब की ड्यूटी लगा करके सतगुरां ने महान पर उपकार करवाया। वह महान साका आप संगत की सेवा दे विच पेश कर रहे सन। कविशर संदीप सिंह महिमे का जथा नाल साथ निभा रहे सन। भाई मेजर सिंह पंडोरी, भाई कृपाल सिंह पद्धरी ते भाई गुरदेव सिंह मंझ नगर वाले अनेक प्रकार दियां भुल्लां चुकां गलतियां होईयां अनजाण बच्चे जाण करके खिमा करनियां। आओ सतगुरां अगे अरदास है, सतगुरु सभना नूं बाणी ते बाणे दी दात बख्शिश करन। अमृत छको गुरु वाले बणो भुल्लां दी खिमा, आखो जी वाहिगुरु जी का खालसा वाहिगुरु जी की फतेह।